ਅਸੀਂ ਕੀ ਕਰਨਾ ਚਾਹੁੰਦੇ ਹਾਂ, ਆਹ ਜਿਹੜੀ ਡਰਾਇੰਗ ਬਣਾਉਣੀ ਹੈ ਨਾ, ਇਹ 'ਚ ਕੀ ਦਿੱਤਾ ਹੋਇਆ, 110x100 ਦਾ ਰੈਕਟੈਂਗਲ ਦਿੱਤਾ, ਠੀਕ ਹੈ, ਅਤੇ ਆਪਾਂ ਇੱਕ ਰੈਕਟੈਂਗਲ ਬਣਾ ਲੈਂਦੇ ਹਾਂ ਔਰ ਤੋਂ ਕਰਕੇ 110x100 ਦਾ ਠੀਕ ਹੈ। ਉਸ ਤੋਂ ਬਾਅਦ ਸਾਨੂੰ ਆ 100 ਹੈ, ਆ 90 ਹੈ, ਯਾਨੀ ਆ 10 ਹੋ ਗਏ, ਆ 110 ਹੈ, ਆ 100 ਹੈ, ਯਾਨੀ ਆ ਵੀ 10 ਹੋ ਗਏ। ਆਫਸੈਟ ਕਰ ਲਈਏ 10 10, ਆਫਸੈਟ 10, ਇਹਨੂੰ ਇੱਧਰ, ਇਹਨੂੰ ਇੱਧਰ, ਠੀਕ ਹੈ। ਕਿਉਂ ਕੀਤਾ, ਇੱਥੇ ਫਿਰਡ ਲੱਗੀ ਹੋਈ ਜੀ 10 ਦੀ, ਅਤੇ ਫਿਰਡ ਲਾ ਲੈਂਦੇ ਹਾਂ 10 ਦੀ। ਹੁਣ ਜਿਹੜੀ ਲਾਈਨ ਆਪਾਂ ਜਿਸ ਕੰਮ ਵਾਸਤੇ ਯੂਜ ਕਰ ਰਹੇ ਹਾਂ, ਪਹਿਲਾਂ ਉਹ ਤਾਂ ਕੰਮ ਕਰ ਲਓ। ਹੁਣ ਆਹ ਡਿਸਟੈਂਸ ਸਾਨੂੰ ਦਿੱਤਾ 5 ਦਾ, ਆਹ ਡਿਸਟੈਂਸ ਦਿੱਤਾ 20 ਦਾ, ਅਤੇ ਆਹ ਡਿਸਟੈਂਸ ਦਿੱਤਾ 80 ਦਾ। ਚਾਹੁੰਦੇ ਕੀ ਹਾਂ, ਇੱਕ ਲਾ ਲਾਈਨ, ਇੱਕ ਆਹ ਲਾਈਨ, ਅਤੇ ਇੱਕ ਆਹ ਲਾਈਨ ਮਾਰਨੀ। 100 ਦਿੱਤਾ, 100 ਵਾਲੀ ਆਪਾਂ ਮਾਰ ਚੁੱਕੇ ਹਾਂ, ਆਹ 75 ਦਿੱਤਾ, ਇਹ 75 ਆ ਪੁਆਇੰਟ ਦੋ, 6 ਤੋਂ ਲੈ ਕੇ 8 ਤੱਕ, 6 ਤੋਂ 8 ਤੱਕ ਲਾਈਨ ਮਾਰਨ ਵਾਸਤੇ ਇੱਕ ਲਾਈਨ ਆਹ ਚਾਹੀਦੀ ਹੈ, ਅਤੇ ਇੱਕ ਪੁਆਇੰਟ ਆਹ ਚਾਹੀਦਾ, ਅਤੇ ਫਿਰ ਮਿਲ ਜੂਗੀ। ਯਾਨੀ ਇੱਕ 20 ਆਫਸੈਟ ਕਰ ਲਈਏ, ਇੱਕ 75 ਆਫਸੈਟ ਕਰ ਲਈਏ, 100 ਸਾਡੇ ਕੋਲ ਹੈਗਾ, ਇੱਕ 80 ਆਫਸੈਟ ਕਰ ਲਈਏ, ਆਫਸੈਟ 20 ਆਹ ਹੋ ਗਿਆ, ਆਫਸੈਟ 75 ਆਹ ਹੋ ਗਿਆ, ਆਫਸੈਟ 80 ਲਾਈਨ ਲੈ ਕੇ ਇਹਨੂੰ ਅਤੇ ਇਹਨੂੰ ਮਿਲਾ ਦਿੱਤਾ। ਹੁਣ ਇਹਨਾਂ ਲਾਈਨਾਂ ਦਾ ਕੰਮ ਖਤਮ ਹੋ ਗਿਆ, ਨਾਲ ਦੇ ਨਾਲ ਲੀਡ। ਫਿਰ ਆਹ 5 ਮਾਰ ਲੈਂਦੇ ਹਾਂ, ਤਾਂ ਕਿ ਮੈਂ ਇਹ ਸਰਕਲ ਮਾਰ ਸਕਾਂ 15 ਦਾ, ਇਹਦਾ ਸੈਂਟਰ ਕਿੱਥੇ ਆ, 55 'ਤੇ, ਆਫਸੈਟ 5, ਆਫਸੈਟ ਮਾਰ ਲਓ 5, ਆਫਸੈਟ ਮਾਰ ਲਓ 55, ਸਰਕਲ 15, ਠੀਕ ਹੈ, ਲਾਈਨ ਦਾ ਕੰਮ ਖਤਮ, ਲਾਈਨ ਡਿਲੀਟ, ਠੀਕ ਹੈ। ਫਾਲਤੂ ਦਾ ਟ੍ਰਿਮ ਕਰ ਸਕਦੇ ਹਾਂ, ਟ੍ਰਿਮ ਕਮਾਂਡ ਲਓ, ਖਾਲੀ ਜਗ੍ਹਾ 'ਤੇ ਰਾਈਟ ਕਲਿੱਕ ਕਰੋ, ਜਿਹੜੀ ਚੀਜ਼ ਨਹੀਂ ਚਾਹੀਦੀ ਉਹਨੂੰ, ਇਹ ਵੀ ਨਹੀਂ ਚਾਹੀਦਾ, ਇਹ ਵੀ ਨਹੀਂ ਚਾਹੀਦਾ, ਇਹ ਵੀ ਨਹੀਂ ਚਾਹੀਦਾ, ਹਮੇਸ਼ਾ ਬਾਹਰੋਂ ਅੰਦਰ ਨੂੰ ਆਉਣਾ, ਬਾਹਰੋਂ ਅੰਦਰ, ਨਾਲੇ ਜਿਹਨੂੰ ਫੜਨਾ ਉਹਨੂੰ ਫੜ ਕੇ ਰੱਖਣਾ, ਠੀਕ ਹੈ। ਦੁਬਾਰਾ ਕਰਾਂ, ਟ੍ਰਿਮ ਟ੍ਰਿਮ ਕਮਾਂਡ ਲਓ, ਖਾਲੀ ਜਗ੍ਹਾ 'ਤੇ ਰਾਈਟ ਕਲਿੱਕ ਕਰੋ, ਜਿਹੜੀ ਚੀਜ਼ ਨੇ ਇੱਕ ਵਾਰੀ ਫੜ ਲਿਆ ਉਹਨੂੰ ਹੀ ਫੜ ਕੇ ਰੱਖਣਾ, ਜਦ ਤੱਕ ਸਾਡਾ ਕੰਮ ਖਤਮ ਨਹੀਂ ਹੋ ਜਾਂਦਾ, ਠੀਕ ਹੈ। ਇਹਨੂੰ 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 ਇਹਨੂੰ, ਠੀਕ ਹੈ, ਕੁਝ ਵੀ ਬਚਣਾ ਨਹੀਂ ਚਾਹੀਦਾ, ਇੰਨਾ ਕੰਮ ਹੋ ਗਿਆ, ਠੀਕ ਹੈ। ਇੱਥੇ ਚੈਂਫਰ ਲੱਗੀ ਹੋਈ ਹੈ 10x45 ਦੀ, ਆਹ ਲਾਈਨ ਲੱਗੀ ਹੋਈ ਹੈ 10 ਦਾ ਡਿਸਟੈਂਸ 'ਤੇ, ਕਿਉਂ 30 ਦਾ ਸਰਕਲ ਮਾਰ, ਪਹਿਲਾਂ ਆਪਾਂ ਇਹ ਮਾਰਦੇ ਹਾਂ, ਆਫਸੈਟ 10, ਆਫਸੈਟ ਕਮਾਂਡ ਦੋ, ਚਾਰ ਆਫਸੈਟ 10। ਹੁਣ ਇਹ 10 ਕਿਉਂ ਕੀਤਾ, ਤਾਂ ਕਿ ਇਹਦੇ ਮਿਡ ਪੁਆਇੰਟ ਤੋਂ ਸਰਕਲ ਮਾਰ ਸਕਾਂ 30 ਦਾ। ਹੁਣ ਇਹ ਲਾਈਨ ਦਾ ਕੰਮ ਖਤਮ, ਨਾਲ ਦੇ ਨਾਲ ਡਿਲੀਟ ਕਰ। ਹੁਣ ਇੱਕ ਟੈਂਜੈਂਟ ਲਾਈਨ ਲਾਉਣੀ ਹੈ ਇਹਦੇ ਨਾਲ, ਆਪਾਂ ਕੀਤਾ ਸੀ ਨਾ, ਹੁਣ ਲਾਈਨ ਲਓ, ਇੱਥੇ ਇੱਥੇ ਕਲਿੱਕ ਕੀਤਾ, ਸ਼ਿਫਟ ਦਬਾ ਕੇ ਰਾਈਟ ਕਲਿੱਕ, ਟੈਂਜੈਂਟ, ਆ ਟੈਂਜੈਂਟ ਦੇ ਕਲਿੱਕ, ਫਾਲਤੂ ਦਾ ਟ੍ਰਿਮ ਕਰ ਰਹੇ ਹਾਂ, ਠੀਕ ਹੈ। ਚੈਂਫਰ ਲਗਾ ਸਕਦੇ ਹਾਂ ਆਪਾਂ, ਐਂਗਲ ਵਾਲੀ 10 ਦਾ ਡਿਸਟੈਂਸ, 45 ਦਾ ਐਂਗਲ, ਇਹ ਲਾਈਨ ਟ੍ਰਿਮ ਹੋ ਗਈ। ਇਹਨੂੰ ਐਕਸਟੈਂਡ ਕਰ ਸਕਦੇ ਹਾਂ, ਐਕਸਟੈਂਡ, ਰਾਈਟ ਕਲਿੱਕ ਕਰੋ, ਕਿਹਨੂੰ ਐਕਸਟੈਂਡ ਕਰਨਾ ਹੋਇਆ, ਐਕਸਟੈਂਡ ਹੋ ਜਾਏਗੀ,
एक सर्कल रह गया, ये 50 है इधरों, इधरों 40 है, वीड का डाया है ऑफसेट 50, सॉरी पहला ऑफसेट 50 एनु इधर ऑफसेट 40 एनु इधर वी का डायमीटर है, तो डायमीटर ले लो सेंटर डायमीटर वी फालतू की लाइन डिलीट, ठीक है ਅੱਲੀ ਦੀ ਗੱਲ ਹੈ। ਇਹ ਸਾਡੀ ਡਰਾਇੰਗ ਜਿਹੜੀ ਹੈਗੀ ਹੈ ਕੰਪਲੀਟ ਹੋ ਗਈ।